ਸਤਿ ਸ਼੍ਰੀ ਅਕਾਲ ਜੀ, ਇਹ ਸਾਡੇ ਮਰੀਜ਼ ਨੇ ਜੀ। ਇਹਨਾਂ ਦਾ ਨਾਮ ਹੈ ਮਿਸਿਸ ਬਲਜੀਤ, ਵਾਈਫ ਆਫ ਮਿਸਟਰ ਪ੍ਰੇਮ। ਇਹ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਨੇ, ਪਿੰਡ ਇਹਨਾਂ ਦਾ ਰਾਮਗੜ੍ਹ ਹੈ। ਅਤੇ ਇਹਨਾਂ ਦੇ ਵਿਆਹ ਨੂੰ 19 ਸਾਲ ਹੋ ਚੁੱਕੇ ਸੀ। ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ। ਇਹਨਾਂ ਨੇ ਬਹੁਤ ਜਗ੍ਹਾ ਤੋਂ ਇਲਾਜ ਕਰਾਇਆ, ਨਾਭੇ ਤੋਂ ਵੀ ਕਰਾਇਆ, ਹੋਰ ਵੀ ਸਾਰੇ ਪਾਸੇ ਕਰਾਇਆ, ਪਰ ਕਿਤੋਂ ਇਹਨਾਂ ਨੂੰ ਫਰਕ ਨਹੀਂ ਪਿਆ। ਇਹ ਸਾਰੀਆਂ ਰਿਪੋਰਟਸ ਵਗੈਰਾ ਲੈ ਕੇ ਸਾਨੂੰ ਚੈੱਕ ਕਰਾਉਣ ਆਏ। ਇਹਨਾਂ ਦਾ ਜੋ ਕਿ ਟ੍ਰੀਟਮੈਂਟ ਹੈ, ਮੈਮ ਨੇ ਟੈਸਟ ਟਿਊਬ ਵਿਧੀ ਦੁਆਰਾ ਸ਼ੁਰੂ ਕਰ ਦਿੱਤਾ। ਉਹ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੇ ਲਗਾਤਾਰ 5 ਮਹੀਨੇ ਦਵਾਈ ਖਾਧੀ। ਇਹਨਾਂ ਨੂੰ ਪ੍ਰੈਗਨੈਂਸੀ ਕਨਸੀਵ ਹੋ ਗਈ। ਹੁਣ 9 ਮਹੀਨੇ ਦੇ ਬਾਅਦ ਇਹਨਾਂ ਦੇ ਘਰ ਬੇਟਾ ਹੋਇਆ ਹੈ, ਜੋ ਕਿ 1 ਸਾਲ ਦਾ ਹੋ ਚੁੱਕਿਆ ਹੈ। ਇਹ ਬਹੁਤ ਖੁਸ਼ ਨੇ। ਆਪਣੇ ਵੱਲੋਂ ਡਾਕਟਰ ਸੁਮਿਤਾ ਸੋਭਾ ਜੀ ਦਾ ਧੰਨਵਾਦ ਕਰਦੇ ਨੇ ਤੇ ਉਹਨਾਂ ਲਈ ਕੁਝ ਲਾਈਨਾਂ ਕਹਿਣਾ ਚਾਹੁੰਦੇ ਨੇ। ਪ੍ਰੇਮ ਸਿੰਘ ਜੀ ਤੇ ਘਰ ਵਾਲੀ ਦਾ ਨਾਮ ਬਲਜੀਤ ਕੌਰ ਜੀ, ਜ਼ਿਲ੍ਹਾ ਪਟਿਆਲਾ, ਤਹਿਸੀਲ ਨਾਭਾ ਦੇ ਰਹਿਣ ਵਾਲੇ ਹਾਂ ਜੀ। ਅਸੀਂ ਸਾਡੇ ਵਿਆਹ ਨੂੰ 18-20 ਸਾਲ ਹੋ ਗਏ। ਅਸੀਂ ਬਹੁਤ ਥਾਵਾਂ ਦਵਾਈ ਖਾਧੀ ਆ ਜੀ, ਪਰ ਸਾਨੂੰ ਕਿਤੋਂ ਕੋਈ ਫਾਇਦਾ ਨਹੀਂ ਹੋਇਆ ਜੀ। ਉਸ ਉੱਤੇ ਅਸੀਂ ਆ ਕੇ ਉਰੇ ਜੀ ਇਲਾਜ ਸ਼ੁਰੂ ਕੀਤਾ। 5-6 ਮਹੀਨੇ ਦਵਾਈ ਖਾਧੀ ਜੀ, ਉਸ ਤੋਂ ਬਾਅਦ ਹੀ ਅਸੀਂ ਠੀਕ, ਸਾਡੇ ਮੇਰੇ ਘਰ ਵਾਲੀ ਜੀ ਠੀਕ ਹੋ ਗਈ। ਹੁਣ ਸਾਡੇ 1 ਸਾਲ ਦਾ ਬੱਚਾ ਹੋ ਗਿਆ ਜੀ। ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਬਹੁਤ ਸ਼ੁਕਰਗੁਜ਼ਾਰ ਹਾਂ।